चलता है वो पिछे एक लम्मा जहा लफाफा बनया हुआ है भी बिना स्परे वाली है जी हाल आ हो जाता सूडी ए कर दें पत्ते बिल्कुल जिम्मे हूँ छाने पे दो जनाब जापान के किसानों के बारे गल कर रहे हैं की खेती किमें करते हैं वो आपां नूं नहीं पता सी। वो एक जापान के किसान ने आपदी एक वीडियो के राही आपां नूं समझाया सी। उही वीडियो अज आपां तुहाडे नाल उहनां दी वी सांझी करी जांदे आ ते तुहानूं आपां वी इहदी पंजाबी दे विच ट्रांसलेट करके तुहानूं देसी जिहे तरीके नाल उहनां बारे दस रहे हैं। ਤਾਂ ਜੋ ਫਿਰ ਕਰਦੇ ਆ ਸਟਾਰਟ ਦੋਸਤੋ ਵੀਡੀਓ। ਤੁਸੀਂ ਕਿਸਾਨ ਭਰਾਵੋ ਪਹਿਲਾਂ ਤੁਸੀਂ ਇਹ ਜਿਹੜਾ ਟਰੈਕਟਰ ਚੱਲਦਾ ਦੇਖਿਆ ਨੇ ਜੌਂਡੀਅਰ ਇਹਨੇ ਪਿੱਛੇ ਗੈਸ ਕਿੱਟ ਦੇ ਹਿਸਾਬ ਦੇ ਨਾਲ ਬਈ ਅੱਗ ਦੇ ਜਿਹੜੇ ਕਿ ਫੁਹਾਰਾਂ ਕੱਢੀ ਆਉਂਦਾ ਤੇ ਵਿੱਚ ਇਹ ਮੱਕੀ ਦੇ ਬੂਟੇ ਲੱਗੇ ਹੋਏ ਆ ਇਹਨਾਂ ਦੇ ਚਾਰ ਚੁਫੇਰੇ ਅੱਗ ਨਾਲ ਸੇਕ ਦੇਈ ਆਉਂਦਾ ਤਾਂ ਕਿ ਇਹਦੇ ਵਿੱਚ ਕੋਈ ਵੀ ਕੱਖ ਵਗੈਰਾ ਨਾ ਰਹਿ ਜੇ। ਤੇ ਜਿਵੇਂ ਆਪਾਂ ਸਪਰੇਹਾਂ ਜਾਂ ਕਸਗੇ ਦਾ ਇਸਤੇਮਾਲ ਕਰਦੇ ਹਾਂ ਸਪਰੇਹਾਂ ਤੋਂ ਤੁਹਾਨੂੰ ਇਹ ਬਿਲਕੁਲ ਰਾਤ ਵੀਡੀਓ ਲੈ ਕੇ ਆਏ ਆ ਵੀ ਬਿਨਾਂ ਜ਼ਹਿਰ ਮੁਕਤ ਖੇਤੀ ਵੀ ਉਹ ਕਿਵੇਂ ਕਰਦੇ ਆ ਉਹਨਾਂ ਦੇ ਤਰੀਕੇ ਦਿਖਾਉਣੇ ਆ। ਤਾਂ ਦੂਜੇ ਨੰਬਰ ਤੇ ਦੋਸਤੋ ਜਿਵੇਂ ਤੁਸੀਂ ਦੇਖੀ ਇਹਨੂੰ ਟਰੈਕਟਰ ਚੱਲਦਾ ਉਹਦੇ ਪਿੱਛੇ ਇੱਕ ਲੰਮਾ ਜਿਹਾ ਲਫਾਫਾ ਬੰਨਿਆ ਹੋਇਆ ਉਹ ਮੱਕੀ ਦੇ ਉੱਤੋਂ ਦੀ ਸੁੰਡੀ ਮਾਰਨ ਦੀ ਕੋਈ ਵੀ ਬਿਮਾਰੀ ਹੈ ਜਾਨਵਰਾਂ ਨਿੱਕਾ ਮੋਟਾ ਉਹਨੂੰ ਕੀਟ ਪਤੰਗਿਆਂ ਨੂੰ ਮਾਰੀ ਤੁਰਿਆ ਆਉਂਦਾ ਵੀ ਸਪਰੇ ਨਹੀਂ ਕਰਨੀ ਹੋਰ ਕਿਵੇਂ ਤਰੀਕੇ ਵਰਤ ਗਏ ਪਰ ਅਸੀਂ ਇਹ ਔਰਗੈਨਿਕ ਢੰਗ ਦੇ ਨਾਲ ਖੇਤੀ ਕਰਨੀ ਹੈ ਮੱਕੀ ਦੀ। ਤਾਂ ਤੀਜੇ ਨੰਬਰ 'ਤੇ ਦੋਸਤੋ ਜਿਵੇਂ ਆਪਾਂ ਹੁਣ ਰਾਖੀ ਵਗੈਰਾ ਤਾਰਾਂ ਕੰਡਿਆਂ ਨਾਲ ਕਰਦੇ ਹਾਂ ਉਸੇ ਤਰ੍ਹਾਂ ਜੀ ਉਹ ਸੋਲਰ ਪਲੇਟਾਂ ਵਾਲੀ ਜਿਵੇਂ ਤੁਸੀਂ ਪਲੇਟ ਚੱਲਦੀ ਦੇਖੀ ਜਾਂਦੇ ਹੋ ਵਿੱਚ ਇੱਕ ਹੌਰਨ ਲੱਗਿਆ ਹੋਇਆ ਭਾਵ ਦੇ ਨਾਲ ਇਹਨਾਂ ਨੇ ਇਹ ਰਾਖੀ ਕਰਨੀ ਹੈ। ਤਾਂ ਹੁਣ ਆਪਣੇ ਵੀ ਦੋਸਤੋ ਆਮ ਹੋਈ ਪਈ ਹੈ ਕੋਈ ਵੱਡੀ ਗੱਲ ਨਹੀਂ। ਅੱਗੇ ਹੁਣ ਤੁਸੀਂ ਦੇਖੋ ਦੋਸਤੋ ਜਿਵੇਂ ਮੱਕੀ ਬੀਜੀ ਹੋਈ ਆ ਤੁਹਾਨੂੰ ਮੱਕੀ ਦਿਖਾਈ ਸੀ ਉਸ ਕਿਸਾਨ ਭਰਾ ਨੇ ਉਹ ਮੱਕੀ ਆ ਦੇ ਵੀ ਬਿਨਾਂ ਸਪਰੇ ਵਾਲੀ ਹੈ ਜਿਹੜੀ ਉਹਦਾ ਹਾਲ ਆ ਹੋ ਜਾਂਦਾ ਸੁੰਡੀ ਐਂ ਕਰ ਦਿੰਦੀ ਪੱਤੇ ਬਿਲਕੁਲ ਜਿਵੇਂ ਹੁਣ ਛਾਣੇ ਪਏ ਆ ਦੋਸਤੋ ਪੱਤੇ ਦੇਖੋ ਬਿਲਕੁਲ ਛਾਣੇ ਪਏ ਆ ਇਸ ਦੇ ਕੁਛ ਨਹੀਂ ਰਿਹਾ ਇਹਦੇ ਪੱਲੇ ਆਪਾਂ ਤਾਂ ਕਹਿ ਦਿੰਦੇ ਹਾਂ ਵੀ ਮੱਕੀ ਖਰਾਬ ਹੋ ਗਈ ਆਪਣੀ ਪਰ ਇਹ ਕਹਿੰਦੇ ਵੀ ਔਰਗੈਨਿਕ ਢੰਗ ਨਾਲ ਹੁੰਦੀ ਇੱਦਾਂ ਹੈ ਨਾ ਕਮਾਲ ਦੀ ਗੱਲ ਦੋਸਤੋ। ਹੁਣ ਇਹਨੇ ਸਮਝਾਈ ਜਾਂਦਾ ਵੀ ਜਿਹੜੇ ਇਸ ਖੇਤ ਦੇ ਵਿੱਚ ਖੜ੍ਹਾ ਇਹਦੇ ਵਿੱਚ ਕੀ ਆ ਇਹ ਸਪਰੇ ਵਾਲਾ ਖੇਤ ਹੈ ਸਪਰੇ ਕੀਤੀ ਹੋਈ ਹੈ ਤਾਂ ਇਹਦੇ ਵਿੱਚ ਸਫਾਈ ਹੈ ਉਹਦੇ ਵਿੱਚ ਸਫਾਈ ਨਹੀਂ ਪਰ ਇਹਨਾਂ ਦਾ ਇਹ ਕਹਿਣਾ ਵੀ ਜਿਹੜੇ ਮੱਕੀ ਦੀਆਂ ਛੱਲੀਆਂ ਵਿੱਚੋਂ ਆ ਉਹਨੂੰ ਕੁਛ ਨਹੀਂ ਕਰ ਸਕਦਾ ਕੋਈ ਵੀ ਕੀਟ ਪਤੰਗਾ ਜਾਨਵਰ ਬਾਹਰੋਂ ਬਾਹਰੋਂ ਕਿੰਨੇ ਪਲਕਾਂ ਹੁੰਦੀਆਂ ਮੱਕੀ ਦੇ ਉਹਨਾਂ ਨੂੰ ਕੁਛ ਕਰਦੇ ਤਾਂ ਕੁਛ ਵਿਗੜਦਾ ਮੱਕੀ ਤਰ੍ਹਾਂ। ਹੁਣ ਲਾਸਟ 'ਤੇ ਦੋਸਤੋ ਜਿਵੇਂ ਹੁਣ ਮੱਕੀ ਆਪਾਂ ਵੱਢਦੇ ਹਾਂ ਚਾਰ ਪਾਉਣੇ ਆ ਇਹ ਇੱਕ ਵੱਖਰੇ ਤਰੀਕੇ ਨਾਲ ਮੱਕੀ ਨੂੰ ਤਵੀਆਂ ਜੋੜ ਰੱਖੀਆਂ ਹੈਰੋਂ ਉਹਦੇ ਨਾਲ ਵਾਹ ਦਿੰਦੇ ਆ ਮੱਕੀ ਨੂੰ ਵਾਹੇ ਮਗਰੋਂ ਲੰਮੀ ਪਾ ਕੇ ਮੁੜ ਕੇ ਬਈ ਇਹਨਾਂ ਦਾ ਕੀ ਤਜਰਬਾ ਵੀ ਅਚਾਰ ਪਾਉਂਦੇ ਆ ਜਾਂ ਦੋਸਤੋ ਅਤੇ ਜਾਂ ਪਸ਼ੂਆਂ ਨੂੰ ਪਾਉਂਦੇ ਆ। ਇਸ ਤੋਂ ਅੱਗੇ ਦੀ ਵੀਡੀਓ ਹੈ ਨਹੀਂ ਸੀ ਦੋਸਤੋ ਜਿੰਨੀ ਕੁ ਸੀਗੀ ਉੰਨੀ ਕੁ ਆਪਾਂ ਤੁਹਾਡੇ ਨਾਲ ਵੀ ਸਾਂਝੀ ਕਰਕੇ ਤਾਂ ਉਮੀਦ ਕਰਦਾ ਦੋਸਤੋ ਆਪਣੀ ਇਹ ਵੀਡੀਓ ਵਧੀਆ ਲੱਗੀ ਹੋਊ।